ਫਾਈਲ ਜਨਾਬ ਭਗੌੜਾ ਤੇ ਇਨਾਮੀ ਤਲਵੰਡੀ ਗੈਂਗਸਟਰ ਸੀ ਸੀ ਮਤਲਬ ਜਨਾਬ ਕੁਝ ਸਮੇਂ ਪਹਿਲਾਂ ਇਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਤੇ ਇਹਦੇ ਪਰਿਵਾਰ ਬਾਰੇ ਕੋਈ ਹੋਰ ਜਾਣਕਾਰੀ ਜਨਾਬ ਕੁਝ ਸਮੇਂ ਪਹਿਲਾਂ ਇਹਦੇ ਭਰਾ ਦੀ ਤੇ ਇਹਦੇ ਪਿਓ ਦੀ ਮੌਤ ਹੋ ਗਈ ਸੀ ਹੋਰ ਕੋਈ ਇਹਦਾ ਸਾਕ ਸੰਬੰਧੀ ਹੈ ਜਨਾਬ ਇਹਦੀ ਇੱਕ ਮੂੰਹ ਬੋਲੀ ਭੈਣ ਹੈ ਜੋ ਕਿ ਚੰਗੇ ਖਾਨਦਾਨ ਦੀ ਨੂੰਹ ਹੈ ਉਹਦੇ ਘਰ ਦਾ ਪਤਾ ਹੈ ਕੋਈ ਹਾਂਜੀ ਜਨਾਬ ਚੱਲ ਮੇਰੇ ਨਾਲ ਐਸ ਗੈਂਗਸਟਰ ਦਾ ਤੁਹਾਡੇ ਘਰ ਨਾਲ ਕੀ ਸੰਬੰਧ ਹੈ ਇਹ ਮੇਰਾ ਵੀਰ ਹੈ ਠਾਣੇਦਾਰ ਸਾਹਿਬ ਤੇ ਨਾਲੇ ਕੋਈ ਗੈਂਗਸਟਰ ਨਹੀਂ ਸੀ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਇਹ ਬੜੀ ਲੰਬੀ ਤੇ ਦੁੱਖ ਭਰੀ ਕਹਾਣੀ ਹੈ ਜੇ ਸੁਣਨਾ ਚਾਹੁੰਦੇ ਹੋ ਤਾਂ ਸੁਣੋ ਮੈਂ ਇੱਕ ਸ਼ਡਿਊਲ ਕਾਸਟ ਜਾਤੀ ਤੋਂ ਹਾਂ ਤੇ ਜਗਜੀਤ ਵੀਰਾ ਵੀ ਸ਼ਡਿਊਲ ਕਾਸਟ ਜਾਤੀ ਤੋਂ ਸੀ ਮੇਰੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਪਰ ਇਹ ਪੰਚਾਇਤ ਚੋਂ ਨੇ ਮੈਨੂੰ ਆਪਣੀ ਧਰਮ ਦੀ ਭੈਣ ਬਣਾਇਆ ਬੜਾ ਸੁਖੀ ਪਰਿਵਾਰ ਸੀ ਉਸਦਾ ਮਾੜੀ ਕਿਸਮਤ ਇੱਕ ਦਿਨ ਮਨਜੀਤ ਵੀਰ ਹਾਂ ਜਗਜੀਤ ਫਿਰ ਕੀ ਮੰਗਿਆ ਮੇਰੇ ਛੋਟੇ ਭਰਾ ਨੇ ਬਸ ਆਹੀ ਕਿ ਮੇਰਾ ਵੀਰ ਐਂਟਰੀ 'ਚ ਸਿਲੈਕਟ ਹੋ ਕੇ ਨੌਕਰੀ 'ਤੇ ਲੱਗ ਜੇ ਤੂੰ ਆਪਣੇ ਲਈ ਕੁਝ ਕਿਉਂ ਨਹੀਂ ਮੰਗਿਆ ਤਾਂ ਕਿ ਦਿਨ ਰਾਤ ਮਿੱਟੀ ਵਿੱਚ ਮਿੱਟੀ ਹੋ ਕੇ ਆਪਣੀ ਦੇਖਭਾਲ ਕਰਨ ਵਾਲੇ ਪਾਪਾ ਜੀ ਬਹਿ ਕੇ ਸੁੱਖ ਦੀ ਰੋਟੀ ਖਾ ਸਕਣ ਬਹੁਤ ਸਿਆਣਾ ਹੋ ਗਿਆ ਮੇਰਾ ਛੋਟਾ ਭਰਾ ਪੁੱਤ ਮਨਜੀਤ ਹਾਂ ਬਾਪਾ ਪੈਸੇ ਲੈ ਜਾ ਕੁਛ ਕੰਮ ਆਉਣਗੇ ਉੱਥੇ ਪਾਪਾ ਜੀ ਤੁਸੀਂ 200 ਰੁਪਈਏ ਰਾਤ ਤਾਂ ਮੈਨੂੰ ਦਿੱਤੇ ਸੀ ਤੂੰ ਲੈ ਜਾ ਵੀਰ ਕਿਤੇ ਲੋੜ ਪੈ ਜਾਂਦੀ ਹੁੰਦੀ ਆ ਚੰਗਾ ਬਾਬਾ ਜੀ ਫਿਰ ਮੈਂ ਚੱਲਦਾ ਚੰਗਾ ਪੁੱਤ ਪਰਮਾਤਮਾ ਤੇਰੀ ਮਨੋਕਾਮਨਾ ਪੂਰੀ ਕਰੇ ਜਗਜੀਤ ਵੀਰੇ ਤੂੰ ਕਾਲਜ ਨਹੀਂ ਜਾਣਾ ਜਾਣਾ ਵੀਰੇ ਆਇਆ ਫਿਰ ਬੱਸ ਦਾ ਟਾਈਮ ਹੋਇਆ ਚੰਗਾ ਪਾਪਾ
ਹਾਏ ਹੋਏ ਕਿੰਨੀ ਸੋਹਣੀ ਮੂਰਤ ਬਣਾਈ ਆ ਓਏ ਰੱਬ ਨੇ ਜੀ ਕਰਦਾ ਕੀਲ ਕੇ ਪਟਾਰੀ ਚ ਪਾ ਲੈ ਚੱਲ ਸੁਣ ਓਏ ਹਾਂ ਜਦੋਂ ਹੋਰ ਵੀ ਕੁੜੀਆਂ ਨਾਲ ਸੀ ਉਦੋਂ ਤਾਂ ਨਹੀਂ ਇਹ ਗੱਲ ਕਹੀ ਸੀ ਉਹ ਡਰ ਵੀ ਤਾਂ ਕੋਈ ਸ਼ੈ ਆ ਓਏ ਤੈਨੂੰ ਇਹਨੂੰ ਕਹਿਣ ਲੱਗੇ ਤਾਂ ਡਰ ਨਹੀਂ ਲੱਗਿਆ ਗਰੀਬ ਦੀ ਬਹੂ ਸਾਰਿਆਂ ਦੀ ਭਾਬੀ ਹੁੰਦੀ ਆ ਉਦੋਂ ਡਰ ਕਾਹਦਾ ਉਹ ਬੰਦੇ ਨੂੰ ਹਮੇਸ਼ਾ ਦੇ ਕਾਸ਼ਚ ਰਹਿਣਾ ਚਾਹੀਦਾ ਸਾਲਾ ਤੈਨੂੰ ਨਾ ਦੱਸਦਾ ਕਾਸ਼ਚ छड़ भाई जीते कोई नहीं कहीं गुस्सा नहीं करी दूंगा नहीं सारा हमेशा जो क्या बोझ रहता है ਮੈਨੂੰ ਫੜਾ ਡੋਲੂ ਕੰਮ ਛੇਤੀ ਛੇਤੀ ਨਿਬੇੜਿਆ ਈ ਫਿਰ ਆਪਾਂ ਇਕੱਠੀਆਂ ਘਰੇ ਚੱਲਾਂਗੇ ਚੰਗਾ ਬੀਬੀ ਚੰਗਾ ਕੁੜੀਏ ਜੀ ਸਰਦਾਰ ਜੀ ਮੇਰੀ ਗੱਲ ਸੁਣ ਧਿਆਨ ਨਾਲ ਅੱਜ ਆਪਣੀ ਕੋਠੀ ਵਿੱਚ ਫੰਕਸ਼ਨ ਆ ਝਾੜੂ ਪੋਚਾ ਲਾ ਕੇ ਭਾਂਡੇ ਮਾਂਜ ਕੇ ਕੱਪੜੇ ਧੋ ਕੇ ਪ੍ਰੈਸ ਕਰਕੇ ਜਾਈ ਜੀ ਸਰਦਾਰ ਜੀ ਚੱਲ ਠੀਕ ਹੈ Thank you.
ਕਰ ਲਿਆ ਕੰਮ ਖਤਮ ਬੀਬੀ ਹਾਂ ਪੁੱਤ ਹੋ ਗਿਆ ਅੱਜ ਵਧੀਆ ਟਾਈਮ ਨਾਲ ਕੰਮ ਨਿਬੜ ਗਿਆ ਮੈਂ ਤਾਂ ਥੱਕ ਗਈ ਅੱਜ ਸਾਰੇ ਕਮਰਾ ਚ ਪੋਚੇ ਲਵਾਏ ਮੇਰੇ ਤੋਂ ਉਹਨਾਂ ਨੇ आ गया पापा हाँ पता आ गया की क्या डॉक्टर ने बस कुछ किया क्या पता की होया पापा रो क्यों रहे हैं कुछ तो आखे होगा रिपोर्ट का दी है डॉक्टर का कैसा रहा है कैंसर पुत्र डॉक्टर ने जल्दी ऑपरेशन कराने वास्ते किया पर मैं डॉक्टर नु मना करता मैं क्या साडे को पैसे नहीं फिकर ना कर असि है ना तेरे न कुछ नहीं होन देंदे असि तेनू पुत मैं पिछले 5 साल तो बीमार होने करके ना तो मैं चंगे पति दा घर नवा सकया ना चंगे बाप दा धी नहीं पापा मां बाप कदे बच्चे दे बोझ नहीं होंदे तू इदा क्यों बोल रहा जल्दी ठीक हो जाएगा तू देखी चली पापा पापा क्यों या ਜਗਜੀਤ ਹਾਂ ਪਾਪਾ ਮਨਜੀਤ ਨਹੀਂ ਆਇਆ ਅਜੇ ਤੀਕਰ ਟਾਈਮ ਬੜਾ ਹੋ ਗਿਆ ਤੁਸੀਂ ਵੀਰੇ ਨੂੰ ਯਾਦ ਕੀਤਾ ਲਓ ਵੀਰਾ ਉਹ ਆ ਗਿਆ ਅੱਛਾ ਹਾਂ ਪੁੱਤ ਕੀ ਬਣਿਆ ਤੇਰੀ ਇੰਟਰਵਿਊ ਦਾ ਇੰਟਰਵਿਊ ਪਾਪਾ ਜੀ ਜਗਜੀਤ ਵੀਰੇ ਦੀ ਕੀਤੀ ਅਰਦਾਸ ਵਾਹਿਗੁਰੂ ਨੇ ਸੁਣ ਲਈ चंगा तुसी फिर चाह पानी पियो मैं हुणे जाके काम आया मड़ ठीक है बापू जी जगजीत मेरे अद्धा यार थक गए यार चाह लिया वधिया जी बना के ठीक है वीरे लियाउणा हुणे बना के मैं
ਵੀਰੇ। ਹਾਂ ਬਾਈ। ਅੱਗ ਬੁੱਝ ਗਈ। ਆ ਛੱਟੀਆਂ ਫੜਾ ਯਾਰ, ਪਾਣੀ ਠੰਡਾ ਕਰ ਲੈ, ਨਹਾਵਾਂਗੇ ਯਾਰ। ਵੀਰੇ ਪਾਪਾ ਆ ਗਿਆ। ਤੂੰ ਪੈਸੇ ਦੀ ਕਿਉਂ ਫਿਕਰ ਕਰਦਾ? ਤੂੰ ਮੈਨੂੰ ਪੈਂਟ ਸ਼ਰਟ ਪਾ ਕੇ ਵਿਖਾ। ਪਾਪਾ ਜੀ, ਪੈਂਟ ਸ਼ਰਟ ਤਾਂ ਮੈਂ ਤੁਹਾਨੂੰ ਪਾ ਕੇ ਵਿਖਾ ਦਿੰਦਾ, ਪਰ ਇੰਨੀ ਮਹਿੰਗੀ ਪੈਂਟ ਸ਼ਰਟ ਪਿੱਛੇ ਤੁਸੀਂ ਕਿਤੇ ਆਪਣੇ ਵਿਆਹ ਲਈ ਮੁੰਦਰੀ ਤਾਂ ਨਹੀਂ? ਪਾਪਾ ਜੀ, ਅਸੀਂ ਦੋਨੇ ਭਰਾ ਛੋਟੇ ਛੋਟੇ ਸੀ ਜਦੋਂ ਸਾਡੀ ਬੀਬੀ ਸਵਰਗ ਸਧਾਰ ਗਈ। ਤੁਸੀਂ ਸਾਨੂੰ ਕਦੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਤੁਸੀਂ ਮੇਰੇ ਲਈ ਵਿਆਹ 'ਚ ਮਿਲੀ ਮਾਂ ਦੀ ਆਖਰੀ ਨਿਸ਼ਾਨੀ ਵੇਚ ਦਿੱਤੀ। ਤਾਂ ਕੀ ਹੋਇਆ ਵੀਰ, ਹੁਣ ਤੂੰ ਨੌਕਰੀ ਲੱਗ ਗਿਆ ਨਾ? ਤੇਰੀ ਪਹਿਲੀ ਤਨਖਾਹ ਮਿਲਦੇ ਹੀ ਬਾਪੂ ਨੂੰ ਆਪਾਂ ਮੁੰਦਰੀ ਤੇ ਨਾਲ ਇੱਕ ਕੜਾ ਬਣਾ ਕੇ ਦੇਵਾਂਗੇ। ਚੱਲ ਹੁਣ ਤੁਸੀਂ ਸਾਰੀਆਂ ਗੱਲਾਂ ਛੱਡੋ ਤੇ ਜਾ ਮੇਰੇ ਪੁੱਤ, ਮੈਨੂੰ ਪੈਂਟ ਸ਼ਰਟ ਪਾ ਕੇ ਵਿਖਾ। ਵਿਖਾ ਕੇ ਕੀ ਲੱਗਦੀ ਆ, ਜਾ ਮੇਰੇ ਸ਼ੇਰ ਜਾ। ਪਾਪਾ, ਲੱਗਦਾ ਤੇਰਾ ਪੁੱਤ ਅਫਸਰ। ਵਾਹ ਵਾਹ, ਵਾਕਈ ਮੇਰਾ ਪੁੱਤ ਅਫਸਰ ਲੱਗਦਾ ਹੈ। ਆ ਪੁੱਤ ਮੇਰੇ ਗਲੇ ਲੱਗ ਜਾ, ਕਿਤੇ ਮੇਰੀ ਨਾ ਨਜ਼ਰ ਲੱਗ ਜੇ ਤੈਨੂੰ। ਪਾਪਾ ਜੀ, ਮੈਨੂੰ ਮਿਲਣ ਵਾਲੀ ਨੌਕਰੀ ਉਹਨਾਂ ਨੇ ਕਿਸੇ ਸਿਫਾਰਸ਼ੀ ਬੰਦੇ ਨੂੰ ਦੇ ਦਿੱਤੀ ਤੇ ਮੈਨੂੰ ਕਹਿੰਦੇ ਜੇ ਨੌਕਰੀ ਚਾਹੀਦੀ ਆ ਤਾਂ 5 ਲੱਖ ਰੁਪਈਆ ਲੈ ਕੇ ਆ। ਹੈਂ, ਇਹ ਤੂੰ ਕੀ ਕਹਿ ਰਿਹਾ? ਹਾਂ ਪਾਪਾ ਜੀ, ਮੈਂ ਸੱਚ ਕਹਿ ਰਿਹਾ। ਇਹ 5 ਲੱਖ ਕਿੱਥੋਂ ਆਊਗਾ? ਮੇਰੀ ਗੱਲ ਸੁਣ ਕੇ ਲਿਆ? ਉਹ ਯਾਰ, ਮੈਂ ਬਣਨਾ MC ਤੇ ਤੂੰ ਪਤੰਦਰਾ ਮੈਨੂੰ ਸਰਪੰਚ ਹੀ ਆਖੀ ਜਾਂਦਾ। ਸਰਪੰਚਾ ਤੂੰ ਭਲਾ ਕੁਛ ਵੀ ਬਣ ਜੇ, ਪਰ ਅਸੀਂ ਦੋਹਾਂ ਨੇ ਤੈਨੂੰ ਸਰਪੰਚ ਹੀ ਕਹਿਣਾ। ਉਹ ਕੀ ਲਿਆ, ਤੁਸੀਂ ਦੋਵੇਂ ਜਣੇ ਮੈਨੂੰ ਜਿਹੜਾ ਕੁਛ ਮਰਜ਼ੀ ਆਖੋ, ਮੈਂ ਕਿਹੜਾ ਤੁਹਾਡਾ ਗੁੱਸਾ ਕਰਨਾ? ਸਰਪੰਚਾ, ਗੁੱਸਾ ਕਿਵੇਂ ਕਰੇਗਾ? ਫੱਟੜ ਹੋ ਜੂ ਤੇਰੀ ਖਾਤਰ ਫੱਟੜ, ਵਿਰੋਧੀਆਂ ਦੇ ਘਰੇ 70 ਵਿਛਿਆ ਹੋਊ 70। ਉਹ ਕੀ ਲਿਆ, ਮੈਂ ਵੀ ਤੁਹਾਨੂੰ ਆਪਣੀਆਂ ਸੱਜੀਆਂ ਖੱਬੀਆਂ ਬਾਹਾਂ ਸਮਝਦਾ ਬਾਹਾਂ। ਸਰਪੰਚਾ, ਕੀਲਾ ਘੱਗਰ ਘੋੜਿਆਂ ਵਾਲਾ ਯਾਰਾਂ ਦਾ ਯਾਰ ਹੈ, ਕਦੇ ਪਿੱਠ ਨਾ ਵਿਖਾਓ। ਜਿੰਨਾ ਜ਼ਮੀਨ ਤੋਂ ਉਤਾਂ ਹੈ ਨਾ, ਉਹਨਾਂ ਥੱਲੇ ਵੀ ਹੈ। ਮੈਂ 71 ਕਿੱਲੇ ਪੈਲੀ ਝੋਟੇ ਦੇ ਸਿਰ ਅਰਗੀ ਗਲਾਸੀ 'ਚ ਘੋਲ ਕੇ ਪੀ ਗਿਆ। ਸਰਪੰਚਾ, ਕੀਲਾ ਜਮਾਂ ਸੱਚ ਬੋਲਦਾ।
की लिया इस बार आप एम सी बनना ही बनना है भावे अपना 50 लाख लग जे सरपंचा पैसे तू ला जे किसी होर सपोर्ट की लोड़ है ना फिर असि बैठे हैं सरपंचा दारू दप्पा तो फिर कई दिन पहले ही चलाना पऊ ओ फिकर ना कर पालिया दारू दियां ता शबीला ला देंगे शबीला ओ की लिया हासक याद आया ओ बचित्र मर गया कल नू आपां उहदे घरे बैठ के भी आउणा है बचित्र मर गया मैनू ता पता ही नहीं लग्या मैं बाहर गया होया सी ना ओ चलो छड्डो यार कल दे कम कल नू वेखे जाणगे ओ हुण तुसी पैग लाओ ते खुशियां मनाओ मनजीत पुत्र बचित्र सिंह मेरा भी दोस्त सी पर रब दियां लिखियां अगे किहदा जोर चलदा हुण आपां नूं रब दा भाणा मनना पैणा ते छोटे दा भी ध्यान रखना दा और जे कोई जरूरत होवे तां मैनूं जरूर दसी संकोच नहीं करना किसे गल दा ठीक है हुण मैं चलदा फिर बड़ा माड़ा होया मनजीत बड़ा चंगा बंदा हुंदा सी बचित्र सिंह बेचारा मेहनत मजदूरी करके आपदा परिवार चलाई जांदा सी देखो गरीबी भी बंदे तो की करवा दिंदी है बचित्र सिंह मेरे तो कदे 1000 कदे 2000 आए करके लख रुपया ले केड़ियां गल्लां करदा है सरपंच अक्सर प्यौवां दे कर्जे पुत लाउंदे आए है फिर सुख ना बचित्र सिंह दे तां दो शेरां वर्गे पुत है सरपंच गल तां कीले ने 100% सही कही आ सरदार जी जे थोनू कोई इतराज ना होवे तां मैं आपदे पापे दी थां दे कम ते आ जा करो मनजीत भला मैनू की इतराज हो सकदा नाले मेहनत दा की डर है ठीक है सरदार जी फिर मैं कम ते आ जा करूंगा हां हां क्यों नहीं आ जा कर की लिया आपा हुण चलिए आपा एमएलए साहब कोले भी जाना चंगा भाई असि हुण चलते हैं वीरे हुण तुसी पढ़ लिख के डिग्रियां करके हुण दिहाड़ी करया करोगे कोई गल नहीं जगजीत कम करन च की हर्ज है नाले घर दा गुजारा चली जाऊगा नाले सरदार दा कर्जा लाउंदे हो जाएंगे चंगा वीरे जे मैं तेनू ठीक लगता ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਤੁਹਾਡੇ ਪਿਆਰ ਸਦਕਾ ਮੈਂ ਅੱਜ MLA ਬਣਿਆ ਅੱਛਾ ਜੀ MLA ਸਾਹਿਬ ਸਾਨੂੰ ਦਿਓ ਇਜਾਜ਼ਤ ਤੇ ਅਸੀਂ ਚੱਲਦੇ ਹਾਂ
एमएलए साहब ਸਾਡੇ ਵੱਲੋਂ ਜਿੱਤਣ ਦੀਆਂ ਲੱਖ ਲੱਖ ਵਧਾਈਆਂ ਹੋਣ। ਕੁੰਨਨ ਸਿਆ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ, ਆ ਜਾ ਬਹਿ ਜਾ। ਐਮਐਲਏ ਸਾਹਿਬ ਇਹਨਾਂ ਨੂੰ ਵੀ ਮਿਲੋ, ਇਹ ਆ ਮੇਰੇ ਸਾਥੀ ਕੀਲਾ ਘੱਗਰ ਤੇ ਪਾਲਾ, ਇਹ ਦੋਵੇਂ ਮੇਰੇ ਸੱਜੀਆਂ ਖੱਬੀਆਂ ਬਾਹਾਂ। ਤੂੰ ਵੋਟ ਸਪੋਰਟ ਤੇ ਨੋਟ ਲਾਉਣ ਵਿੱਚ ਝਿਜਕਿਆ ਨਹੀਂ, ਹੁਣ ਪਿੱਛੇ 5 ਸਾਲ ਮੁੜ ਕੇ ਵੇਖਣ ਦੀ ਲੋੜ ਨਹੀਂ, ਜਿੱਥੋਂ ਮਰਜ਼ੀ ਵੰਗਾ ਚੜਵਾ ਲਈ, ਮਿੱਤਰਾਂ ਦਾ ਨਾਂ ਚੱਲਦਾ। ਭੁੱਲਿਆ, ਆਪਾਂ ਵਰਕਸ਼ਾਪ ਗੱਡੀ ਭੇਜੀ ਸੀ ਠੀਕ ਹੋਣ ਵਾਸਤੇ, ਤੂੰ ਐਂ ਕਰ ਗੱਡੀ ਲੈ ਕੇ ਆ, ਮੈਂ ਖੇਤਾਂ ਵੱਲ ਜਾਣਾ। ਹੈਲੋ, ਉਹ ਆਪਣਾ ਕੰਮ ਹੋਇਆ ਕਿ ਨਹੀਂ? ਉਹ ਜਾ ਯਾਰ, ਇਹ ਕੀ ਗੱਲ ਕਹਿੰਦੀ ਤੂੰ? ਉਹ ਇਸ ਵਾਰ ਆਪਣੇ ਵਾਰਡ ਦਾ ਐਮਸੀ ਬਣਨਾ ਆਪਣਾ ਪੱਕਾ। ਉਹ ਵਾਰਡ ਵਾਲੇ ਤਾਂ ਆਪਾਂ ਨੂੰ ਸਰਬਸੰਮਤੀ ਨਾਲ ਐਮਸੀ ਬਣਾਉਣ ਨੂੰ ਫਿਰਦੇ ਆ। ਚੱਲ ਠੀਕ ਹੈ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ, ਆ ਗਿਆ ਮਨਜੀਤ? ਮੇਰੀ ਗੱਲ ਸੁਣ, ਤੂੰ ਆਪਣੇ ਟਰੈਕਟਰ ਦੀ ਸਾਫ਼ ਸਫਾਈ ਕਰਕੇ ਨਿਆਈ ਵਾਲੇ ਖੇਤ ਜਾ, ਸ਼ਾਮ ਤੱਕ ਸਪਰੇਅ ਦਾ ਸਾਰਾ ਕੰਮ ਨਿਬੜ ਜਾਣਾ ਚਾਹੀਦਾ। ਠੀਕ ਹੈ ਜੀ। ਮਨਜੀਤ ਵੀਰੇ। ਹਾਂ ਜਗਜੀਤ। ਮਨਜੀਤ ਵੀਰੇ ਤੁਹਾਨੂੰ ਵਧਾਈਆਂ ਹੋਣ। ਕਾਹਦੀ ਛੋਟੇ ਵੀਰ? ਮਨਜੀਤ ਵੀਰੇ ਅਰਕੀ ਕਾਲਜ ਵਿੱਚ ਹੋਣਾ, ਮੈਂ 95% ਲੈ ਕੇ ਫਸਟ ਆਇਆ। ਉਹ ਖੁਸ਼ ਕੀਤਾ ਵੀਰ, ਸਭ ਤੇਰੀ ਮਿਹਨਤ ਦਾ ਫਲ ਆ। ਓਏ ਮਨਜੀਤ, ਆ ਫਸਟ ਫਸਟ ਆਉਣ ਵਾਲੀ ਗੱਲ ਤਾਂ ਠੀਕ ਹੈ, ਪਰ ਸੋਚ ਨੌਕਰੀਆਂ ਕਿਤੇ ਧਰੀਆਂ ਪਈਆਂ, ਜੇ ਮੇਰੀ ਮੰਨੇ ਤਾਂ ਇਹਨੂੰ ਵੀ ਇੱਥੇ ਕੰਮ ਤੇ ਨਾਲ ਹੀ ਲਾ ਲੈ। ਸਰਦਾਰ ਜੀ, ਮੇਰਾ ਇੱਕੋ ਹੀ ਸੁਪਨਾ ਕਿ ਮੇਰਾ ਭਰਾ ਨੌਕਰੀ ਲੱਗ ਜੇ। ਓਏ ਮਨਜੀਤ, ਉਹ ਤੈਨੂੰ ਸਮਝਾਉਣਾ ਤਾਂ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਆ। ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕੁੰਨਣ ਸਿਆ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਸਾਰੀ ਪੰਚਾਇਤ ਨੂੰ ਵੀ ਸਤਿ ਸ੍ਰੀ ਅਕਾਲ ਜੀ। ਓਏ ਮਨਜੀਤ ਜੀ, ਸਰਦਾਰ ਜੀ, ਮੰਜੇ ਦਾ ਪ੍ਰਧਾਨ ਸਾਹਿਬ ਹੋਰੀ ਆਏ ਆ, ਆਓ ਜੀ। ਜੀ ਆਇਆਂ ਨੂੰ। ਪ੍ਰਧਾਨ ਸਾਹਿਬ, ਤੁਸੀਂ ਆਉਣ ਦੀ ਤਕਲੀਫ ਕਿਹੜੀ ਗੱਲੋਂ ਕੀਤੀ? ਜੇ ਕੋਈ ਕੰਮ ਸੀ ਤਾਂ ਮੈਨੂੰ ਬੁਲਾ ਲਿਆ ਹੁੰਦਾ। ਉਹ ਨਹੀਂ ਕੁੰਨਣ ਤਿਆ, ਇਹਦੇ ਵਿੱਚ ਤਕਲੀਫ ਕਾਹਦੀ? ਅਸੀਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਤਾਂ ਹੀ ਆਏ ਹਾਂ। ਪ੍ਰਧਾਨ ਸਾਹਿਬ, ਮੈਨੂੰ ਪਤਾ ਤੁਸੀਂ ਮੇਰੇ ਨਾਲ ਇਲੈਕਸ਼ਨ ਬਾਰੇ ਗੱਲ ਕਰਨ ਆਏ ਹੋ। ਕਿਉਂ, ਤੈਨੂੰ ਇਤਰਾਜ਼ ਆ ਕੋਈ? ਜਦੋਂ ਸਾਰੇ ਚਾਹੁੰਦੇ ਆ, ਫਿਰ ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ? ਮੈਂ ਸੇਵਾ ਕਰਨ ਲਈ ਤਿਆਰ ਹਾਂ। ਪਰ ਕੁੰਨਣ ਸਿਆ, ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਹੈ ਕਿ ਇਸ ਵਾਰ ਮਨਜੀਤ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਜਾਵੇ। ਕੁੰਨਣ ਸਿਆ, ਤੂੰ ਨਾਰਾਜ਼ ਨਾ ਹੋ। ਅਸੀਂ ਇਹ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਮਨਜੀਤ ਇੱਕ ਪੜ੍ਹਿਆ ਲਿਖਿਆ, ਸੂਝਵਾਨ ਅਤੇ ਸੱਚਾ ਸੁੱਚਾ ਇਨਸਾਨ ਹੈ। ਚੰਗਾ ਵੀ ਮਨਜੀਤ ਪੁੱਤਰ, ਅਸੀਂ ਚੱਲਦੇ ਹਾਂ। ਧੰਨਵਾਦ ਪ੍ਰਧਾਨ ਜੀ, ਤੁਸੀਂ ਮੈਨੂੰ ਸੇਵਾ ਦਾ ਮੌਕਾ ਦੇ ਰਹੇ ਹੋ।
ਸ੍ਰੀਕਾਲ ਐਮਐਲਏ ਸਾਹਿਬ। ਸਤਿ ਸ੍ਰੀ ਅਕਾਲ ਕੁੰਨਣ ਸਿੰਘ, ਬਹਿ ਜਾ, ਆ ਜਾ। ਸ਼ੁਕਰ ਹੈ ਤੈਨੂੰ ਟਾਈਮ ਮਿਲਿਆ, ਇਹ ਤਾਂ ਹੈ। ਹੋਰ ਸੁਣਾ, ਕਿਵੇਂ ਆਇਆ ਸੀ? ਤੁਹਾਨੂੰ ਪਤਾ ਇਲੈਕਸ਼ਨ ਸਿਰ ਤੇ ਆ ਰਿਹਾ, ਤੇਰੇ ਯਾਰ ਦਾ ਇੱਕੋ ਇੱਕ ਸੁਪਨਾ, ਇਸ ਵਾਰ ਮੈਂ ਆਪਣੇ ਅਵਾਰਡ ਦਾ ਐਮਸੀ ਬਣਨਾ। ਐਮਸੀ ਭਲਾ ਇਹ ਵੀ ਕੋਈ ਗੱਲ ਕਹਿਣ ਵਾਲੀ ਹੈ? ਪਰ ਕੁਝ ਲੋਕਾਂ ਵੱਲੋਂ ਰਾਹ ਦਾ ਰੋੜਾ ਬਣ ਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਰ ਕੁਝ ਹਾਸਲ ਕਰਨ ਲਈ ਰੁਕਾਵਟਾਂ ਨੂੰ ਠੋਕਰ ਮਾਰਨੀ ਪੈਂਦੀ ਹੈ ਯਾਰ, ਬਾਕੀ ਮੈਂ ਬੈਠਾ। ਸਮਝ ਗਿਆ ਜੀ, ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਚੰਗਾ, ਹੁਣ ਮੈਨੂੰ ਦਿਓ ਇਜਾਜ਼ਤ ਤੇ ਮੈਂ ਹੁਣ ਚੱਲਦਾ। ਕੀ ਹੋਇਆ ਸਰਪੰਚਾ, ਬੜਾ ਪਰੇਸ਼ਾਨ ਲੱਗਦਾ ਹੈ, ਕਿਉਂ ਕੋਬਰੇ ਸਾਪਾਂ ਨੂੰ ਵਿਸ ਘੋਲੀ ਜਾਂਦਾ? 4-5 ਘੰਟੇ ਹੋ ਗਏ ਕਿਲਿਆ, ਮੇਰਾ ਤਾਂ ਦਿਮਾਗ ਹੀ ਖਰਾਬ ਹੋਇਆ ਪਿਆ। ਫਿਰ ਵੀ ਦੱਸ ਤਾਂ ਸਹੀ ਸਰਪੰਚਾ, ਗੱਲ ਕੀ ਹੋ ਗਈ? ਸਾਰਾ ਮਹੱਲਾ ਪਾਗਲ ਹੋਇਆ ਫਿਰਦਾ ਪਾਗਲ। ਉਹ ਮਨਜੀਤ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਉਣਾ ਚਾਹੁੰਦੇ ਆ। ਉਹ ਸਾਡੇ ਪੈਰ ਦੀ ਜੁੱਤੀ ਹੁਣ ਸਾਡੇ ਸਿਰ ਤੇ ਬੈਠੂ। ਸਰਪੰਚਾ, ਪ੍ਰਧਾਨ ਤਾਂ ਉਹ ਉਦੋਂ ਬਣੂ ਜੇ ਪ੍ਰਧਾਨ ਚੁਣਨ ਤੱਕ ਜਿਉਂਦਾ ਰਿਹਾ ਤਾਂ। ਸਾਫ ਸਾਫ ਦੱਸ ਕਿਲਿਆ, ਤੂੰ ਕਹਿਣਾ ਕੀ ਚਾਹੁੰਦਾ? ਸਰਪੰਚਾ, ਇਸ ਕੀਲੇ ਘੱਗਰ ਨੇ ਕਈ ਗੱਡੀ ਚੜਾਏ ਹੈ, ਤੇਰੀ ਖਾਤਰ ਮਨਜੀਤ ਸਹੀ। ਹੌਲੀ ਬੋਲ ਕੀਲਿਆ, ਓਏ ਇਹੋ ਜਿਹੀਆਂ ਗੱਲਾਂ ਕੋਠੀ ਦੇ ਅੰਦਰ ਬੈਠ ਕੇ ਕਰੀ ਦੀਆਂ। ਆਪਣੀ ਇਹ ਬੈਠਕ ਤਾਂ ਬਿਲਕੁਲ ਲੱਗਦੀ ਵੀ ਗੇਟ ਦੇ ਨਾਲ ਹੈ, ਜੇ ਕਿਸੇ ਨੇ ਸੁਣ ਲਿਆ ਤਾਂ ਆਪਣੀ ਜਮਾਂ ਹੀ ਮਿੱਟੀ ਪਲੀਤ ਹੋ ਜੂ। ਸਰਪੰਚ ਸਾਹਿਬ, ਕਿਧਰੇ ਨਹੀਂ ਤੁਹਾਡੀ ਮਿੱਟੀ ਪਲੀਤ ਹੁੰਦੀ, ਕੀਲਾ ਘੱਗਰ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ। ਓਏ ਪਾਲਿਆ, ਤਾਂ ਹੀ ਤਾਂ ਮੈਂ ਜਣੇ ਖਣੇ ਕੋਲੇ ਕਹਿੰਦਾ ਕਿ ਕੀਲਾ ਤੇ ਪਾਲਾ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ। ਸਰਪੰਚਾ, ਤੇਰੀ ਖਾਤਰ ਤਾਂ ਸਾਡੀ ਜਾਨ ਵੀ ਹਾਜ਼ਰ ਹੈ। ਚੰਗਾ, ਹੁਣ ਅਸੀਂ ਚੱਲਦੇ ਹਾਂ। ਹੈਲੋ ਹੈਲੋ, ਮਰੇ ਸੀ, ਤੂੰ ਤਾਂ ਨੀ ਮਰ ਗਈ ਸੀ? ਇੰਜ ਨਾ ਬੋਲੋ ਸਰਦਾਰ ਜੀ, ਮੈਂ ਹੁਣ ਕਿੱਥੇ ਜਾਊਂਗੀ? ਟੱਠੇ ਖੂਹ ਚ ਜਾ। ਇੰਜ ਨਾ ਕਰੋ ਸਰਦਾਰ ਜੀ, ਰੱਬ ਤੁਹਾਡਾ ਭਲਾ ਕਰੂ। ਓਏ ਤੂੰ ਮੇਰਾ ਖਹਿੜਾ ਛੱਡ ਤੇ ਰੱਬ ਤੇਰਾ ਭਲਾ ਕਰੂ। ਇੰਜ ਨਾ ਕਰੋ ਸਰਦਾਰ ਜੀ, ਮੈਨੂੰ ਬਸ ਦੋ ਵਕਤ ਦੀ ਰੋਟੀ ਤੇ ਪਹਿਨਣ ਲਈ ਕੱਪੜੇ ਦੇ ਦਿਆ ਕਰੋ। ਮੈਂ ਅੱਗੇ ਤੋਂ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਊਂਗੀ। ਮੈਂ ਤੁਹਾਡੇ ਅੱਗੇ ਹੱਥ ਬੰਨਦੀ ਹਾਂ ਸਰਦਾਰ ਜੀ। ਓਏ ਤੈਨੂੰ ਕਿਹਾ ਨਾ ਮੈਨੂੰ ਕੰਮ ਕਰਨ ਵਾਲੀ ਦੀ ਲੋੜ ਨਹੀਂ, ਫਿਰ ਤੇਰੀ ਸਮਝ ਕਿਉਂ ਨਹੀਂ ਆ ਰਿਹਾ? ਏਦਾਂ ਨਾ ਬੋਲੋ ਸਰਦਾਰ ਜੀ, ਰਹਿਮ ਕਰੋ ਮੇਰੇ ਤੇ। ਓ ਪਰਾਂ ਮਾਰ। ਨਾ ਸਰਦਾਰ ਜੀ, ਮੈਂ ਕਿੱਥੇ ਜਾਊਂਗੀ? ਮੇਰੇ ਮਾਂ ਬਾਪ ਤੋਂ ਬਾਅਦ ਮੇਰਾ ਕੋਈ ਨਹੀਂ। ਸਰਦਾਰ ਕਿਉਂ ਨਹੀਂ ਹੋਗੀ? ਖਬਰਦਾਰ, ਅੱਜ ਤੋਂ ਬਾਅਦ ਮੇਰੇ ਘਰੇ ਬਣੀ ਤਾਂ। ਕਿੱਥੇ ਜਾਊਗੀ? ਕੀ ਹੋ ਗਿਆ ਸਰਦਾਰ ਜੀ? ਓਏ ਹੋਣਾ ਕੀ ਹੈ, ਦਿਮਾਗ ਤੋਂ ਪੈਦਲ ਹੈ, ਕਹਿੰਦੇ ਕੁਛ ਆ ਤੇ ਕਰਦੀ ਕੁਛ ਆ। ਕੋਈ ਗੱਲ ਨੀ ਸਰਦਾਰ ਜੀ, ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੀ।
ओए आ गया वड्डा हमदर्द तू ला जा इनू आपदे घरे खराब कर करमजीत तू हुण आपदे घरे जा मैं घरे जाके वे की करूं बीबी दे पापे दे जाण तो बाद मेरा कोई सहारा नहीं तुसी आप ही दसो मैं किथे जावां की करा मन हौला ना कर यही साडे अज दे इंडिया दा हाल आ बाप बड़ा ना भैया सब तो बड़ा रुपया पैसा आउन तो बाद अक्सर ही लोग भुल जांदे आ कि दुनिया ते राज करन वाला सिकंदर भी मौत तो बाद खाली हाथ गया की होया जे एक बुआ बंद हो गया इंसानियत हले जिउंदी आ चल मेरे नाल हाँ भी जगजीत की कहना चाहना है तू प्रधान जी करमजीत नू मैं अपने घर रखना चाहना वो देख ला तू कदे सारे पिंड दा सियाणा वो ब्याह तो बिना घर रखण फिरदा देख बड़ा शिकारी जगजीत घर रखण वाली गल तो ठीक है पर रखेगा कड़े रिश्ते नाल मैनू लगदा प्रधान जी कमाई आ कोई इस कम च कद रिश्ते होंदे आ रखेल बड़ा गुर खेल प्रधान जी करमजीत नू मैं अपनी धर्म की भैन बनानी चाहना ताकि इस बेसहारा नू सहारा मिल सके वाह पुत वाह मैनू माण है कि तू साडे तलवंडी भाई का वसनीक है हाले करमजीत भैने बन रखड़ी पापा जी मैं भी थानू कुछ कहना चाहना हाँ बोल पुत्र पापा जी मैं करमजीत नूं तुहाडी नूंह बनाउणी चाहना गुरलाल पुत मैनू माण है तेरे ते कि तू मेरा पुत्र गुरलाल एक बार फिर सोच ला सोचना की है वीर तेरी चंगी सोच ने ते मेरी अकल ते पिया होया पड़दा ला ता ते मैं हुण करमजीत नूं तत्ती वाह भी नहीं लगन ओए मैं घंटे का थोड़े मुंह नहीं वेखी जाना की गंद पा रखे पंचायत विच ओए अपने सरदार परिवारां नूं ये गल्लां शोभा नहीं दिंदियां कुन्नण सिंह ये साडा परिवारक मसला है तू इहदे विच ना बोल ओ जानदा मैं थोड़े परिवारक मसलियां नूं ये जिहड़े पंचायत विच बैठ के तुसीं लुचपुणे करदे ना ये ज्यादा दिन नहीं चलदे हुंदे मैनूं समझ नहीं आउंदी सरपंचा ये समाज नूं सेध की देना चाहुंदे आ सरपंचा आ चलिए ये पंचायत अपने काम की है नहीं जगजीत पुत्र करमजीत नूं मेरी झोली पा दे मैं इन्हूं नौ बना के नहीं अपनी धी बना के रखांगा मरिए भैने तू की चाहनी है जो मेरे वीर नूं मंजूर है ਉਹ ਮੈਨੂੰ ਵੀ ਮਨਜ਼ੂਰ ਹੈ Thank you.
ਸਰਾਣਾ ਥਲੇ ਡਿੱਗਿਆ ਪਿਆ ਵੀਰੇ। ਵੀਰੇ 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 ਬੋਲਦਾ ਗਾ ਤੂੰ ਨਹੀਂ ਆ ਕੁੜਤੇ ਨੂੰ ਕੀ ਕਸ ਕਰੀ ਬੈਠੇ ਵੀਰੇ ਬੋਲਦਾ ਗਾ ਤੂੰ ਨਹੀਂ ਵੀਰੇ ਵੀਰੇ ਜਾਮਾ ਜਾ ਲੈ ਗਿਆ ਕਰਮਜੀਤ ਕਰਮਜੀਤ ਗੁਰਲਾਲ ਜਾ ਪਾਣੀ ਤੇ ਜਾ ਕੇ ਲੈ ਗਿਆ ਸੱਚੀ ਛੱਡ ਕੇ ਚਲਾ ਗਿਆ ਕਿਉਂ ਕੀਤਾ ਵੀਰੇ ਦਾਪੜੇ ਦਾਪੜੇ ਨਾਲ ਵੀਰੇ ਦਾ ਕਤਲ ਹੋਇਆ ਵੀਰੇ ਕਰਮਜੀਤ ਤੂੰ ਇਹ ਕੀ ਕਹਿੰਦੀ ਆ ਵੀਰਾ ਮਰਿਆ ਨੀ ਵੀਰੇ ਵੀਰੇ ਨੂੰ ਮਾਰਿਆ ਗਿਆ ਕਤਲ ਹੋਇਆ ਵੀਰੇ ਦਾ ਕਿੰਨੇ ਮਾਰਿਆ ਮੈਂ ਦੱਸਦੀ ਆ ਵੀਰੇ ਸਾਫ ਸਾਫ ਦੱਸ ਕੀ ਲਿਆ ਤੂੰ ਕਹਿਣਾ ਕੀ ਚਾਹੁੰਦਾ ਸਰਪੰਚਾ ਇਸ ਕੀਲੇ ਘੱਗਰ ਨੇ ਕਈ ਗੱਡੀ ਚੜਾਏ ਹੈ ਤੇਰੀ ਖਾਤਰ ਮਨਜੀਤ ਸਹੀ ਕੁੱਤਿਓ ਆਪਦੀ ਭੈਣ ਦਿਓ ਯਾਰ ਲੁਕ ਜਾਓ ਜਿਹੜੀ ਗੁਫਾ ਚ ਲੁਕਣਾ ਮੈਂ ਤੁਹਾਨੂੰ ਪਤਾਲ ਚ ਵੀ ਕੱਢ ਲਿਆਉਂਗਾ ਭਾਈ ਮੈਂ ਵੀ ਤੇਰੇ ਨਾਲ ਚੱਲੂਗਾ ਨਹੀਂ ਗੁਰਲਾਲ ਜਿਸ ਰਸਤੇ ਤੇ ਮੈਂ ਚੱਲਿਆ ਉੱਥੇ ਮੌਤ ਆ ਯਾਰਾ ਬਸ ਤੂੰ ਕਰਮਜੀਤ ਦਾ ਖਿਆਲ ਰੱਖੀ ਇੱਕ ਗੱਲ ਹੋਰ ਇਹ ਗੱਲ ਆਪਣੇ ਤਿੰਨਾਂ 'ਚ ਰਹਿਣੀ ਚਾਹੀਦੀ ਆ ਅਤੇ ਕਿਸੇ ਹੋਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਚੰਗਾ ਭੈਣੇ ਰੱਬ ਰਾਖਾ ਕਿਉਂ ਸਰਪੰਚਾ ਚੜਾ ਦੀ ਨਾ ਗਾਂ ਕੋਠੇ ਤੇ ਇਸ ਕੀਲੇ ਘੱਗਰ ਨੇ ਓਏ ਹਾਂ ਕੀਲਿਆ ਹਾਂ ਹੁਣ ਤਾਂ ਆਪਣਾ ਐਮਸੀ ਬਣਦਾ ਬਿਲਕੁਲ
पक्का। ओ हुण देर का दी, जाम खड़काओ ते पैग लाओ। तो फिर आज दा जाम एमसी बनन दे नाम। जगजीत तू? हाँ मैं। पैन दियो यारो, निकल गया एक गोली नाली मूत। डरो ना, थोनू ऐ नहीं मारदा, थोनू तड़फा तड़फा के मारूंगा पैन दियो यारो। हुण देखदे आ बकरे दी मां किधरों तिकर खैर मनाऊगी। अज तो बाद तुहाडी उल्टी गिनती शुरू। मेरा ही असला चक के शेर बन गया। सारा मुड़ के कुन्नर सिंह दे सामने तो आई। जे तैनू मैं तोर मरोड़ के ना रखता तो मेरा नाम ही कुन्नर नहीं कुन्नर। सरपंचा, लोहा गर्म है ते गर्म लोहे ते ना सट मारना स्वाद आजू। ओ नहीं, ओ किल्या नहीं, इनू मेरे साले नू इन्नी आसान मौत नहीं मारना। मैं इनू अपने सामने आपदी जान दी भीख मंगदा वेखना चाहना। सरदारा, SHO तेरा यार लुट खोदा तेरा परचा दर्ज हुणी चका साले नू। वाह पालिया, पहली बार कोई चज दी गल कीती आ। पा पालिया पैग, फिर चलदे आ। लो सरदार जी। सत श्री अकाल थानेदार साहब। सत श्री अकाल कुन्नर सिंह। सत श्री अकाल, बह जाओ कुन्नर सिंह। ਤੁਸੀਂ ਆਉਣ ਦੀ ਖਿੱਚ ਲੈ ਕੇ ਉਹ ਕੀਤੀ? ਹਾਂ ਮੈਨੂੰ ਬੁਲਾ ਲਿਆ ਹੁੰਦਾ, ਨਾਲੇ ਹੱਥ ਨੇ ਬੈਠ ਕੇ ਆਪਾਂ ਪੈਗ ਸ਼ੈਗ ਲਾਉਂਦਾ ਯਾਰ। ਥਾਣੇਦਾਰਾ, ਤੇਰੀ ਸਾਰੀ ਸੇਵਾ ਇਹਦੇ ਵਿੱਚ ਆ। ਉਹ ਤਾਂ ਠੀਕ ਆ ਗੁੰਨਣ ਸਿਆ, ਪਰ ਅੱਜ ਇੰਨੀ ਸੇਵਾ ਕਾਹਦੇ ਵਾਸਤੇ? ਥਾਣੇਦਾਰਾ, ਗੱਲ ਹੀ ਕੁਝ ਇਹੋ ਜਿਹੀ ਹੋ ਗਈ ਸੀ ਕਿ ਮੈਨੂੰ ਖੁਦ ਚੱਲ ਕੇ ਤੇਰੇ ਕੋਲ ਆਉਣਾ ਪਿਆ। ਉਹ ਸਾਰਾ ਕੱਲ ਦਾ ਜਵਾਕ ਵੱਡਾ ਤਲਵੰਡੀ ਦਾ ਗੈਂਗਸਟਰ ਬਣਿਆ ਫਿਰਦਾ। ਉਹ ਪਰ ਫੇਰ ਵੀ ਕੁੰਨਣ ਸਿਆ, ਗੱਲ ਤਾਂ ਦੱਸ ਕੀ ਹੋ ਗਈ? ਉਹ ਸਾਲਾ ਮੇਰੇ ਘਰੇ ਆ ਕੇ ਨਾਲੇ ਤਾਂ ਮੇਰਾ ਅਸਲਾ ਚੱਕ ਕੇ ਲੈ ਗਿਆ ਤੇ ਨਾਲੇ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਿਆ ਤੇ ਨਾਲੇ ਮੈਨੂੰ ਮਾਰਨ ਦੀ ਧਮਕੀ ਦੇ ਕੇ ਗਿਆ। ਕਹਿੰਦਾ ਅੱਜ ਤੋਂ ਬਾਅਦ ਤੇਰੀ ਉਲਟੀ ਗਿਣਤੀ ਸ਼ੁਰੂ। ਤੂੰ ਕਿਉਂ ਘਬਰਾਉਣਾ ਕੁੰਨਣ ਸਿਆ, ਤੇਰਾ ਮੋਟਰਸਾਈਕਲ ਤੇ ਪਿਸਤੌਲ ਕਿਧਰੇ ਨਹੀਂ ਜਾਂਦੇ। ਕਰਦਾ ਸੜ ਤੇ ਪਰਚਾ ਦਰਜ, ਲੁੱਟ ਖੋਦਾ ਲਿਆਉਣਾ ਚੱਕ ਕੇ ਵੱਡੇ ਗੈਂਗਸਟਰ ਨੂੰ। ਓਏ ਹਾਂ ਥਾਣੇਦਾਰਾ, ਹਾਂ ਮੇਰੇ ਮਨ ਨੂੰ ਤਾਂ ਹੀ ਸ਼ਾਂਤੀ ਮਿਲੂ। ਤੁਸੀਂ ਫਿਕਰ ਨਾ ਕਰੋ, ਜਦੋਂ ਮੇਰੇ ਸਾਲੇ ਨੂੰ ਲਿਆ ਕੇ ਟੰਗਿਆ ਨਾ ਪੁੱਠਾ ਤੇ ਤੋੜੀਆ ਹੱਡੀਆਂ ਬਣਾ ਕੇ ਪੁਲਿਸ ਮੁਕਾਬਲਾ ਚੜ ਦੂੰ ਗੱਡੀ। ਆ ਹੋਈ ਨਾ ਗੱਲ ਜਨਾਬ, ਉਹਨੇ ਪਹਿਲਾਂ ਵੀ ਕਈ ਵਾਰੀ ਲੁੱਟ ਖੋ ਕੀਤੀ ਹੈ ਪਰ ਤੁਹਾਡੀ ਨਜ਼ਰ 'ਚ ਨਹੀਂ ਆਇਆ। ਚੱਲ ਚੰਗਾ ਥਾਣੇਦਾਰਾ, ਹੁਣ ਅਸੀਂ ਚੱਲਦੇ ਹਾਂ। ਕੋਈ ਨਾ ਕੁੰਨਣ ਸਿਆ, ਤੁਸੀਂ ਬੇਫਿਕਰ ਹੋ ਕੇ ਘਰੇ ਜਾਓ, ਬਾਕੀ ਯਾਰ ਮੈਂ ਬੈਠਾ ਹੈ। ਚੱਲ ਠੀਕ ਹੈ। ਹਾਂ ਚੰਗਾ। ਗਗਨ ਬਈ, ਉਧਰੋਂ ਕੋਈ ਮੋਟਰਸਾਈਕਲ ਆਈ ਜਾਂਦਾ। ਲੱਗਦਾ ਕੋਈ ਨਵਾਂ ਸ਼ਿਕਾਰ ਆ ਗਿਆ। ਗੱਲ ਸੁਣੋ, ਲੰਘਣ ਨਹੀਂ ਦੇਣਾ, ਚਲੋ ਲੋਕੇਸ਼ਨ।
ਕਿੱਧਰ ਮੂੰਹ ਚੱਕਿਆ ਓਏ, ਕਿੱਧਰ ਜਾ ਰਿਹਾ ਅੱਧੀ ਰਾਤ ਨੂੰ, ਕੱਢ ਦੇ ਜਿਹੜਾ ਕੁਛ ਹੈਗਾ। ਬਸ ਮੇਰੇ ਕੋਲ ਤਾਂ ਆਹੀ ਕੁਛ ਆ। ਕੌਣ ਹੈ, ਕਿੱਥੋਂ ਆਇਆ ਤੂੰ, ਅੱਧੀ ਰਾਤ ਨੂੰ ਅਸਲਾ ਲੈ ਕੇ ਸੁੰਨਸਾਨ ਜਗ੍ਹਾ 'ਤੇ ਘੁੰਮਣ ਦਾ ਮਕਸਦ ਕੀ ਹੈ ਤੇਰਾ? ਮੈਂ ਤਲਵੰਡੀ ਭਾਈ ਦਾ ਰਹਿਣ ਵਾਲਾ, ਜੁਗਜੀਤ ਨਾਂ ਹੈ ਮੇਰਾ, ਧਨਾਟ ਲੋਕਾਂ ਦਾ ਸਤਾਇਆ ਹੋਇਆ। ਆਹ ਪਿਸਟਲ ਅਤੇ ਆਹ ਬੁਲਟ ਮੈਂ ਉਹਦੇ ਘਰੋਂ ਉੱਤੋਂ ਖੋਹ ਕੇ ਲੈ ਕੇ ਆਇਆ। ਇਹਦਾ ਮਤਲਬ ਤੂੰ ਸਾਡੀ ਬਰਾਦਰੀ ਦਾ, ਆਹ ਫੜ ਪਿਸਤੌਲ ਅਤੇ ਮਲਿਆ ਹੱਥ। ਬੜੀ ਦੇਰ ਹੋ ਗਈ ਕਿਸੇ ਦਾ ਸ਼ਿਕਾਰ ਨਹੀਂ ਕੀਤਾ, ਚੱਲ ਤੜਕੇ ਚੱਲਦੇ ਹਾਂ ਸ਼ਿਕਾਰ ਕਰਨ। ਅੱਜ ਕਗਰੇ ਭਲਾ ਕੁਛ ਹੋ ਜਾਵੇ, ਇਹ ਛੱਡਣਾ ਨਹੀਂ ਭਾਈ, ਟੈਨਸ਼ਨ ਨਾ ਲੈ, ਸੁੱਕਾ ਨਹੀਂ ਜਾਣ ਦੇਣਾ ਅੱਜ। ਬਾਈ ਜੀ ਕੋਈ ਕੰਮ ਹੋਵੇ ਤਾਂ ਦੱਸੀ, ਜਗੀਰਦਾਰ ਨਾਲ ਰਹਿੰਦੇ ਆ, ਠੀਕ ਹੈ, ਜਿੰਨੀ ਉਹਨਾਂ ਦੀ ਚੱਲਦੀ ਹੈ ਨਾ ਉਨੀ ਆਪਣੀ ਚੱਲਦੀ ਹੈ। ਸ਼ਾਂਤੀ ਮਿਲ ਸਕੇ, ਭੱਜ ਭੱਜ ਸਾਲਿਆ, ਲੁੱਕ ਜਿਹੜੀ ਮਾਂ ਦੀ ਬੁੱਕਲ ਚ ਲੁਕਣਾ। ਜਗਜੀਤ ਭਾਈ, ਜਗਜੀਤ ਮੈਨੂੰ ਬਖਸ਼ ਦੇ, ਬਾਈ ਜਗਜੀਤ, ਬਾਈ ਜਗਜੀਤ ਮੈਨੂੰ ਮਾਫ ਕਰ ਦੇ। ਸਾਲਿਓ ਤੁਸੀਂ ਮੇਰੇ ਵੀਰ ਨੂੰ ਬਖਸ਼ਿਆ ਸੀ, ਉਹਨੇ ਵੀ ਤੁਹਾਡੇ ਮਿਹਨਤ ਤਰਲੇ ਕੀਤੇ ਹੋਣੇ ਆ, ਹੁਣ ਤੁਹਾਨੂੰ ਛੱਡਣਾ ਨਹੀਂ।
जगजीत अले छड़ी ना साले नू मनजीत वीरे एक भज तो मोड़ती हम वारी आ कक्कर किले दी कुन्नड़ दा फोन हाँ भाई कुन्नड़ जिया की हाल है कतल हो गया ओ कोई गल नहीं ठीक है मैं पहुंचता थोड़ी बार तेरी जगह ते पता तलवंडी वासियो थोनू पता है कतल किने किता है ये कतल किता है तलवंडी दा गैंगस्टर ते ओदे सिर उपर बहुत वड्डा इनाम भी रखा गया है जेड़ा कोई ओदे बारे इतला देगा तो ओनू वाजिब इनाम भी दिता जाऊगा कर लाश नू ना पोस्टमार्टम वाले भेज दे ठीक है मैं थाने चलिया ते थाने तो मैं लेके मुंडा नाल ते जगीर दा सब हो जाना ओके ओके हां किल्या पाला मेरी खब्बी बां सी खब्बी बां पाले दे मरन बाद इंज लगदा है जिवें मेरी खब्बी बां टुट गई होवे पाले दी लाश वेख के इना दुख नहीं होया सरपंचा दुख ता इस गल दा हो रहा है कि ओ वड्डा तलवंडी गैंगस्टर हरे जिउंदा फिरदा है ठीक है संदीप सिंह सत श्री अकाल थानेदार साहब और ठीक है किल्या ठीक है तू सही क्या सी कुन्नड़ सिंह मैं मौके ते तफ्तीश करके आया पर तैनू फिक्र करन दी लोड़ नहीं मैं बहुत छेती उन्हूं गिरफ्तार कर लूंगा जनाब बड़ा शातर दिमाग आ सारे गुंडे दा पर किल्या इस शेर दे जबाड़े च हथ पाउण जोगा है नहीं हजे तू फिक्र ना कर कुन्नड़ सिंह मैं तैनू दो मुलाजम सिक्योरिटी के तौर पर दे रहा पर एक बार मैं जसपाल छड़ के चलिया शाम में मैं ड्यूटियां चेंज करके ना सवेरे दो मुलाजम भेज दूंगा ठीक है चंगा भी कुन्नड़ सिंह मैं चलता फिर चल ठीक है जसपाल ध्यान रख जी जनाब एक्शन और बाकी गल्लां छड़ सरपंचा मंगा दो तीन किलो बकरा ते पैग शग लाइए हाँ हाँ क्यों नहीं किल्या तू ऐ कर इस मुंडे नू नाल ले जा ते जिथों जिहड़ी चीज चाहीदी है ले आ तैनू पता ना ओ मित्रा दा ना चलदा आ भाई मुंडिया किल्या
थोड़ा जा ध्यान नाल जाई। सरपंचा मैनु एवे नी कीला घग्गर घोड़िया वाला कहते, मैं बड़े बड़े अड़ियल घोड़िया ते काठी पाके घोगा चित कीता होया। आ मैनु लिया बकरे की मां कदों तिकर खैर मनाऊगी। वड़े साहब दा फोन आया सी, उन्हां नूं जांदे जांदे मिल के जाना। हाँ कोई गल नहीं, चल। इतने रुको, मैं वड्डे साहब नूं मिलके हुणे आया। मुंडे साहब दी दा तां है नहीं, पुराने साहब दी तां बदली हो गई बजुर्गो, नवे साहब ने चार्ज संभाल लिया। अच्छा नवे साहब नूं मिलना है? हाँ। ओ खड़ा सामने तेरा फुफड़। तैनू पता है कि कीले घग्गर नूं इक्की दुक्की कोई हाथ नहीं पा सकदा, ताही तां इन्नी बरात नाल चक्की फिरदा है। भैन दिया दीनिया, प्रधानगी तां तैनूं मैं देनी आ, आ तां तैनूं हार पाउण नूं खड़े आ। ना हुण की फिर असली पुलिस वालिआं नूं उड़ीकदा है? भैन दिया खसमा देना तैनूं प्रधानगी। राखे तो यार खाते नहीं, कोक पात दा खाते, तड़ने ते मरने नू ए कदे देर ना लांदे, एक बैर तैयारी नू ऐसा ताने पाउते अड़के, असा जाउड़ा सिखिया नहीं दुनिया दे कोलो डरके, असा जाउड़ा सिखिया नहीं जगजीत कर ली रिकॉर्ड, मार साले दे गोली। जिवें मेरे भरा नूं तड़फा तड़फा के मारिया सी, ओवें तड़फा तड़फा के मारूंगा साले मेरे।
ਹੋਰ ਚਾੜਤਾ ਗੱਡੀ ਹੁਣ ਵਾਰੀ ਆ ਕੁੰਨਣ ਦੀ ਬਾਈ ਕੁੰਨਣ ਨੂੰ ਆਏ ਨਹੀਂ ਮਾਰਨਾ ਕੁੰਨਣ ਨੂੰ ਪੰਚਾਇਤ ਚ ਘੜੀਸ ਘੜੀਸ ਕੇ ਮਾਰਾਂਗੇ ਆ ਫੜ ਮੋਬਾਈਲ ਸਭ ਕੁਛ ਪ੍ਰਧਾਨ ਨੂੰ ਦਿਖਾ ਗਿਆ ਤਲਵੰਡੀ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ ਤਲਵੰਡੀ ਦਾ ਗੈਂਗਸਟਰ ਜਿੱਥੇ ਵੀ ਕਿਤੇ ਦਿਸੇ ਤਾਂ ਪੁਲਿਸ ਨੂੰ ਇਤਲਾਹ ਕਰੋ ਤੁਹਾਨੂੰ ਇਨਾਮ ਵਜੋਂ 5,00,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੀ ਹਾਂ ਜ਼ਰੂਰੀ ਸੂਚਨਾ ਤਲਵੰਡੀ ਦਾ ਗੈਂਗਸਟਰ ਜਿੱਥੇ ਵੀ ਕਿਤੇ ਤੁਹਾਨੂੰ ਦਿਖਾਈ ਦੇਵੇ ਤਾਂ ਪੁਲਿਸ ਨੂੰ ਇਤਲਾਹ ਕਰੋ ਤੁਹਾਨੂੰ ਇਨਾਮ ਵਜੋਂ 5,00,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜਗਜੀਤ ਤੂੰ ਇਸ ਵੇਲੇ ਮਾਸੜ ਜੀ ਘਰ ਹੀ ਆ ਹਾਂ ਹਾਂ ਜਗਜੀਤ ਤੂੰ ਇੱਥੇ ਬੈਠ ਮੈਂ ਹੁਣੇ ਪਾਪਾ ਨੂੰ ਬੁਲਾ ਲਿਆ ਮਾਸੜ ਜੀ ਮਨਜੀਤ ਦੀ ਮੌਤ ਕੋਈ ਸਧਾਰਨ ਮੌਤ ਨਹੀਂ ਸੀ ਇਹ ਕੀ ਕਹਿ ਰਿਹਾ ਪੁੱਤ ਤੂੰ ਹਾਂਜੀ ਮਾਸੜ ਜੀ ਬਲਕਿ ਉਹਦਾ ਕਤਲ ਕੀਤਾ ਗਿਆ ਕਤਲ ਇਹ ਕੀ ਕਹਿ ਰਿਹਾ ਪੁੱਤਰ ਤੂੰ ਹਾਂਜੀ ਮਾਸੜ ਜੀ ਇੱਧਰ ਦੇਖੋ ਅੱਖੀ ਦੇਖ ਲਓ ਤੇ ਕੰਨੀ ਸੁਣ ਲਓ ਇਹ ਤਾਂ ਬਹੁਤ ਮਾੜਾ ਕੀਤਾ ਕੁੰਨਣ ਨੇ ਕੋਈ ਗੱਲ ਨਹੀਂ ਪੁੱਤਰ ਤੂੰ ਟੈਨਸ਼ਨ ਨਾ ਲੈ ਸਵੇਰੇ ਹੀ ਬੁਲਾਉਣਾ ਮੈਂ ਪੰਚਾਇਤ ਦੇ ਵਿੱਚ ਉਹਨੂੰ ਮਾਸੜ ਜੀ ਮੈਂ ਝੂਠ ਨਹੀਂ ਬੋਲਦਾ ਪਾਲੇ ਅਤੇ ਘੀਲੇ ਨੂੰ ਮੈਂ ਗੱਡੀ ਚਾੜ ਦਿੱਤਾ ਅਤੇ ਪੁਲਿਸ ਮੇਰੇ ਮਗਰ ਕੁੱਤਿਆਂ ਵਾਂਗੂ ਫਿਰਦੀ ਆ ਅਤੇ ਕੱਲ੍ਹ ਨੂੰ ਮੈਂ ਪੰਚਾਇਤ ਵਿੱਚ ਵੀ ਆਊਂਗਾ ਅਤੇ ਕਿਸੇ ਨੂੰ ਇਹ ਗੱਲ ਦਾ ਪਤਾ ਨਾ ਲੱਗੇ ਕੋਈ ਗੱਲ ਨਹੀਂ ਪੁੱਤ ਪਰ ਆਪਣਾ ਖਿਆਲ ਰੱਖੀ ਤੂੰ ਠੀਕ ਆ ਮਾਸੜ ਜੀ ਮੈਂ ਹੁਣ ਚੱਲਦਾ ਮਾਂ ਮੈਨੂੰ ਪੈਸੇ ਦੇ ਮੈਂ ਨਸ਼ਾ ਕਰ ਲਾ ਕਿੱਥੋਂ ਦੇਵਾਂ ਤੈਨੂੰ ਪੈਸੇ ਜਿਹੜੇ ਮੈਂ ਦਿਹਾੜੀ ਕਰਦੀ ਉਹ ਤੈਨੂੰ ਦੇ ਦੇਣੇ ਜਿਹੜੇ ਮੇਰੇ ਗਹਿਣੇ ਉਹ ਵੇਚ ਕੇ ਤੈਨੂੰ ਦੇ ਦੇ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਲੱਗਦਾ ਮੈਨੂੰ ਪੈਸੇ ਦੇ ਹੁਣ ਮੈਂ ਤੇਰਾ ਕਿੱਥੋਂ ਤੈਨੂੰ ਪੈਸੇ ਲੈ ਕੇ ਦੇਵਾਂ ਨਹੀਂ ਲੈ ਸਰ ਜੀ ਨਿਕਲ ਮੇਰੇ ਘਰੋਂ ਨਿਕਲ 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 ਜਾ ਮੇਰੇ ਘਰੋਂ ਹੁਣ ਮੈਂ ਅੱਧੀ ਰਾਤ ਨੂੰ ਕਿੱਥੇ ਜਾਵਾਂ ਹਿੱਟੇ ਹਿੱਟੇ ਖੂਜ ਜਾ ਗਗੜਿਆ ਦੇਖ ਸਾਡੇ ਪੰਜਾਬ ਦੀ ਜਵਾਨੀ ਦੇ ਹਾਲ ਜਿਹੜੀਆਂ ਮਾਵਾਂ ਨੇ ਪੁੱਤ ਜੰਮਿਆ ਤੇ ਉਹਨਾਂ ਨੂੰ ਅੱਜ ਧੱਕੇ ਮਾਰਦੇ ਆ ਧੱਕੇ ਵੱਡਿਓ ਮੈਤੀਓ ਮੈਨੂੰ ਨਸ਼ਾ ਚਾਹੀਦਾ ਤੁਸੀਂ ਦੇ ਜਾਓ ਪੈਸੇ ਉਹ ਗਗੜਿਆ ਕਾਲੇ ਦਾ ਘੋਟਾ ਪੂਰਾ ਕੋਈ ਕਸਰ ਨਾ ਰਹਿ ਜੇ ਕਰਨਾ ਬਾਈ ਕਿਉਂ ਦੇਖਿਆ ਮਾਂ ਦਾ ਦਰਦ ਪੁੱਤ ਕਪੁੱਤ ਹੋ ਸਕਦੇ ਆ ਮਾਪੇ ਕਮਾਪੇ ਨਹੀਂ ਹੋ ਸਕਦੇ ਬਾਈ ਮੈਨੂੰ ਮਾਫ਼ ਕਰ ਦਿਓ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਦਾ ਬਾਈ ਮੈਨੂੰ ਮਾਫ਼ ਕਰ ਦਿਓ ਜੇ ਮਾਫ਼ੀ ਮੰਗਣੀ ਆ ਨਾ
ਤਾਂ ਆਪਣੀ ਮਾਂ ਤੋਂ ਮੰਗ। ਮਾਂ ਮੈਨੂੰ ਮਾਫ ਕਰ ਦੇ ਮਾਂ, ਆ ਕਰ ਚਲੀਏ। ਕੁੰਨਣ ਸਿਆ, ਮਨਜੀਤ ਦੀ ਮੌਤ ਦਾ ਪਤਾ ਲੱਗ ਗਿਆ। ਉਹ ਕੋਈ ਸਧਾਰਨ ਮੌਤ ਨਹੀਂ ਸੀ, ਉਹਦਾ ਕਤਲ ਹੋਇਆ ਕਤਲ। ਪ੍ਰਧਾਨ ਜੀ, ਮਨਜੀਤ ਸਿਆਣਾ ਅਤੇ ਸੁਲਝਿਆ ਹੋਇਆ ਮੁੰਡਾ ਸੀ। ਜਿਨ੍ਹਾਂ ਨੇ ਵੀ ਉਹਦਾ ਕਤਲ ਕੀਤਾ ਉਹ ਮਾਫ਼ੀ ਦੇ ਲਾਇਕ ਨਹੀਂ। ਸ਼ੱਕ ਦੀ ਸੂਈ ਕੁੰਨਣ ਸਿੰਘ 'ਤੇ ਜਾ ਰਹੀ ਹੈ। ਹੈ ਸ਼ੱਕ ਮੇਰੇ 'ਤੇ? ਕੀ ਸਬੂਤ ਆ ਤੁਹਾਡੇ ਕੋਲ? ਸਬੂਤ ਹੈ ਤਾਂ ਹੀ ਉਂਗਲ ਉੱਠੀ ਹੈ। ਗੁਰਲਾਲ ਦਿਖਾ ਸਬੂਤ। ਹਾਂ ਇਹ ਸਭ ਕੁਝ ਮੈਂ ਕੀਤਾ। ਉਹ ਮੇਰਾ ਨਾਂ ਕੁੰਨਣ ਆ, ਕੁੰਨਣ ਕਾਲਾ ਨਾਗ, ਜਿਹਨੂੰ ਇੱਕ ਵਾਰੀ ਡੱਸ ਲਵਾਂ ਫਿਰ ਉਹ ਪਾਣੀ ਵੀ ਨਾ ਮੰਗੇ। ਕਿਹਦੇ ਵਿੱਚ ਇੰਨੀ ਹਿੰਮਤ ਹੈ ਕਿ ਕਾਲੇ ਨਾਗ ਦੇ ਫਣ ਨੂੰ ਹੱਥ ਪਾ ਸਕੇ? ਪਰ ਤੂੰ ਭੁੱਲ ਗਿਆ ਕਿ ਪਾਣੀ ਦਾ ਨਰਮ ਵਹਾਓ ਵੀ ਵੱਡੀਆਂ ਵੱਡੀਆਂ ਚਟਾਨਾਂ ਨੂੰ ਰੇੜ ਕੇ ਲੈ ਜਾਂਦਾ। ਓਏ ਬੁੜਿਆ, ਸਾਰਾ ਇਲਾਕਾ ਜਾਣਦਾ ਕਿ ਮੈਂ ਬੰਦੇ ਨੂੰ ਖਾ ਕੇ ਡਕਾਰ ਵੀ ਨਹੀਂ ਲੈਂਦਾ। ਲੱਗਦਾ ਕੁੰਨਣਾ ਅੱਜ ਤੇਰੇ ਪਾਪਾਂ ਦਾ ਕੜਾ ਭਰ ਗਿਆ, ਅੱਜ ਨਹੀਂ ਤੈਨੂੰ ਛੱਡਦਾ। ਨਹੀਂ ਗੁਲਾਲ ਨਹੀਂ, ਸਿਆਣਿਆ ਭਣਵਈਏ ਨੂੰ। ਓਏ ਜਗਜੀਤ, ਤੂੰ? ਹਾਂ ਮੈਂ। ਓਏ ਸੁਣਿਆ ਸੀ ਕੀੜੀਆਂ ਦੇ ਵੀ ਪਰ ਨਿਕਲ ਆਏ ਆ, ਪਰ ਅੱਜ ਵੇਖ ਵੀ ਲਿਆ। ਜਿਹੜੀ ਕੀੜੀ ਨੂੰ ਤੂੰ ਮਾਮੂਲੀ ਸਮਝਦਾ ਨਾ, ਉਹ ਹਾਥੀਆਂ ਦਾ ਸ਼ਰਵ ਨਾਸ਼ ਕਰ ਦਿੰਦੀ ਆ। ਗੰਦੀ ਨਾਲੀ ਦਾ ਕੀੜਿਆ, ਆਪਣੇ ਭਰਾ ਮਨਜੀਤ ਕੋਲੇ ਜਾਣ ਦੀ ਤਿਆਰੀ ਕਰ। ਓਏ ਇਹ ਤੂੰ ਚੰਗਾ ਕੀਤਾ ਕਰਮਜੀਤ, ਇਹ ਐਸੇ ਹੀ ਲਾਇਕ ਸੀ। ਓਏ ਗੁਰਲਾਲ, ਅੱਜ ਤੂੰ ਵੀ ਮੇਰੇ ਹੱਥੋਂ ਨਹੀਂ ਬਚ ਸਕਦਾ। ਮੈਨੂੰ ਦੇ ਦੇ ਬਸ, ਇਹ ਸੋਚੀ ਕਿ ਇਹ
ਸੀ ਕੁਛ ਉਮਰੀ ਕੀਤਾ ਤੇਰੇ ਇਸ ਭਰਾ ਨੇ ਕੀਤਾ ਪਰ ਵੀਰੇ ਤੂੰ ਇਹ ਕੀ ਕੀਤਾ ਗੁਰਲਾਲ ਦੀ ਜਾਨ ਬਚਾਉਣ ਲਈ ਤੂੰ ਆਪਣੀ ਜਾਨ ਦਾ ਬਲੀਦਾਨ ਦੇਤਾ ਕਿਉਂ ਕੀਤਾ ਵੀਰੇ ਗੁਰਲਾਲ ਮੇਰਾ ਦੋਸਤ ਹੀ ਨਹੀਂ ਵੀਰੇ ਤੇਰਾ ਸਾਗ ਵੀ ਆ वाह यारा किस जमाने च पैदा हुए किस मिट्टी का बनया साडा सलूट आ तेन तलवट्टी दा गैंगस्टर अच्छा अब जा मेरे बंदी की देखी है ना चारे भज के फाड़ा ना ऐ तो नहीं छड़ता पुत डी आई जी बनना मेरे वीरे की कुर्बानी तो बाद मौके दे अफसर ने गोलियां मार मार के उसका सीना छननी कर दिता सिर्फ इस करके कि उसनू गैंगस्टर घोषित करके आप तरक्की पा सकन हुण तुसी आप ही दसो थानेदार साहब कि मेरा वीरा गैंगस्टर से वो गैंगस्टर नहीं सी नहीं सी वो गैंगस्टर वो गैंगस्टर नहीं सी थानेदार साहब नहीं पर तेरा वीर गैंगस्टर नहीं सी मेरा भी क्लास फेलो सी गुरप्रीत हाँ करमजीत हाँ मैं गुरप्रीत मैं जगजीत दी कमी तो पूरी नहीं कर सकता पर जगजीत ते लग्या होया गैंगस्टर दा कलंक जरूर मिटा सकदा ताकि मेरे तो बाद आने वाला कोई भी अफसर उसनू गलत नज़र नाल ना तकी